ਤੁਹਾਡੀ ਸਕਰੀਨ ਤੇ ਚੱਲ ਰਿਹਾ ਇੱਕ ਪੰਜਾਬੀ ਗਾਣਾ ਤੇ ਪੰਜਾਬੀ ਗਾਣੇ ਤੇ ਭੰਗੜਾ ਪਾਉਂਦਾ ਹੋਇਆ ਇਹ ਸ਼ਖਸ ਜੋ ਕਿ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭੰਗੜਾ ਕਰ ਰਿਹਾ ਤੇ ਇਹ ਕਰੋਨਾ ਵਾਰਡ ਦੇ ਅੰਦਰ ਭੰਗੜਾ ਪਾ ਰਿਹਾ। ਭੰਗੜਾ ਕਰ ਰਿਹਾ ਇਹ ਇਨਸਾਨ ਕੋਈ ਹੋਰ ਨਹੀਂ ਬਲਕਿ ਖੁਦ ਕਰੋਨਾ ਪੋਜ਼ਿਟਿਵ ਮਰੀਜ਼ ਹੈ। ਇਸ ਵਿਅਕਤੀ ਦਾ ਨਾਮ ਹੈ ਹਰਪ੍ਰੀਤ ਸਿੰਘ ਵਾਲੀਆ ਜੋ ਕਿ ਜਲੰਧਰ ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਦਾ ਓਐਸਡੀ ਹੈ। ਅੱਜ ਤੋਂ 4 ਦਿਨ ਪਹਿਲਾਂ ਇਸ ਦਾ ਕਰੋਨਾ ਟੈਸਟ ਪੋਜ਼ਿਟਿਵ ਪਾਇਆ ਗਿਆ ਜਿਸ ਤੋਂ ਬਾਅਦ ਇਹਦੇ ਚਾਹਣ ਵਾਲੇ ਸਾਰੇ ਚਿੰਤਾ 'ਚ ਆ ਗਏ ਕਿ ਹੁਣ ਕੀ ਹਾਲ ਹੋਵੇਗਾ। ਪਰ ਇਸ ਦੀ ਹਿੰਮਤ ਦੇਖੋ ਕਿ ਇਸ ਨੇ ਹੋਰਾਂ ਨੂੰ ਵੀ ਮੋਟੀਵੇਟ ਕਰਨ ਲਈ ਪੰਜਾਬੀ ਗਾਣੇ 'ਤੇ ਭੰਗੜਾ ਪਾ ਕੇ ਸਾਰਿਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਇਸ ਦੀ ਵੀਡੀਓ ਬਣਾ ਕੇ ਆਪਣੇ ਫੇਸਬੁੱਕ 'ਤੇ ਵੀ ਪਾ ਦਿੱਤੀ ਜੋ ਕਿ ਹੁਣ ਕਾਫੀ ਵਾਇਰਲ ਹੋ ਰਹੀ ਹੈ। ਹਾਂਜੀ, ਇਹ ਮੇਰੇ ਮਨ ਮੇਂ ਖਿਆਲ ਐਸੇ ਆਇਆ ਥਾ ਜੀ ਕਿ ਐਕਚੁਅਲੀ ਮੈਂ ਟਿਊਜ਼ਡੇ ਕੋ ਮੇਰੀ ਰਿਪੋਰਟ ਆਈ ਥੀ ਕਿ ਮੈਂ ਕਰੋਨਾ ਪੋਜ਼ਿਟਿਵ ਹਾਂ, ਤੋ ਟਿਊਜ਼ਡੇ ਸ਼ਾਮ ਕੋ ਮੇਰੇ ਕੋ ਯਹਾਂ ਪੇ ਇਹਨਾਂ ਨੇ ਐਡਮਿਟ ਕਰ ਲਿਆ ਥਾ ਸਿਵਲ ਹਸਪਤਾਲ ਮੇਂ। ਤੋ ਤਬ ਸੇ ਲੈ ਕੇ ਆਜ ਤੱਕ ਚੌਥਾ ਦਿਨ ਹੈ। ਆਜ ਮੇਰੇ ਜਿਤਨੇ ਦੋਸਤ ਹੈ, ਜਿਤਨੇ ਰਿਸ਼ਤੇਦਾਰ ਹੈ, ਜਿਤਨੇ ਕਲੀਗਸ ਹੈ ਆਫਿਸ ਕੇ, ਸਭ ਕਾ ਫੋਨ ਆ ਰਹਾ ਥਾ ਕਿ ਕੈਸੇ ਹੋ ਆਪ, ਕੈਸੇ ਹੋ। ਤੋ ਮੇਰੇ ਮਨ ਮੇਂ ਸਭ ਕੋ ਮੈਂ ਬਤਾ ਬਤਾ ਕੇ ਥੱਕ ਗਿਆ ਥਾ ਕਿ ਮੈਂ ਬਿਲਕੁਲ ਠੀਕ ਹੂੰ, ਮੇਰੇ ਕੋਈ ਪ੍ਰੋਬਲਮ ਨਹੀਂ ਹੈ। ਤੋ ਵੋ ਬਹੁਤ ਜਾਣੇ ਤੋ ਮਾਨ ਜਾਦਰ ਮਾਨ ਰਹੇ ਥੇ ਯੇ ਬਾਤ, ਕਈ ਨਹੀਂ ਵੀ ਮਾਨ ਰਹੇ ਥੇ। ਵੋ ਕਹਿ ਰਹੇ ਥੇ ਜੀ ਕਿ ਆਪ ਹਮੇ ਸਿਰਫ ਖੁਸ਼ ਕਰਨੇ ਕੇ ਲੀਏ ਬੋਲ ਰਹੇ ਹੋ, ਆਪਣਾ ਖਿਆਲ ਰੱਖਣਾ, ਯੇ ਰੱਖਣਾ। ਮੇਰੇ ਫਿਰ ਮੈਂ ਦਿਮਾਗ ਮੇਂ ਆਇਆ ਵੀ ਇਨਕੋ ਕੈਸੇ ਪ੍ਰੂਵ ਕਰੂੰ ਮੈਂ ਠੀਕ ਹੂੰ। ਮੈਨੇ ਵੀਡੀਓ ਕਾਲ ਵੀ ਕੀ ਸਭ ਕੋ, ਪਰ ਫਿਰ ਵੀ ਵੋ ਕਹਿ ਰਹੇ ਥੇ ਚਲੋ ਦੇਖਨੇ ਮੇਂ ਤੋ ਠੀਕ ਹੀ ਲੱਗ ਰਿਹਾ ਹੈ, ਬਟ ਪਰ ਉਨਕੋ ਵਿਸ਼ਵਾਸ ਨਹੀਂ ਹੋ ਰਹਾ ਥਾ। ਫਿਰ ਮੈਨੇ ਸੋਚਾ ਕਿ ਕਿਉਂ ਨਾ ਮੈਂ ਇੱਕ ਡੇਢ ਮਿੰਟ ਕਾ ਵੀਡੀਓ ਡਾਲੂੰ ਭੰਗੜੇ ਕਾ, ਕਿ ਸਭ ਕੋ ਮੋਟੀਵੇਸ਼ਨ ਮਿਲੇ, ਜੋ ਮੇਰੇ ਰਿਸ਼ਤੇਦਾਰ ਜੋ ਮੇਰੇ ਫਰੈਂਡਸ ਹੈ ਵੋ ਵੀ ਉਨਕੋ ਵੀ ਥੋੜ੍ਹੀ ਤਸੱਲੀ ਹੋ ਜਾਏ ਕਿ ਮੈਂ ਠੀਕ ਹੂੰ। ਔਰ ਜੋ ਬਾਕੀ ਕੇ ਪੇਸ਼ੈਂਟਸ ਵੀ ਹੈ ਕੋਵਿਡ-19 ਕੇ ਕਰੋਨਾ ਪੋਜ਼ਿਟਿਵ ਹੈ ਜੋ ਪੂਰੇ ਆਲ ਓਵਰ ਪੰਜਾਬ ਜਾਂ ਆਲ ਓਵਰ ਇੰਡੀਆ ਜਾਂ ਆਲ ਓਵਰ ਵਰਲਡ, ਉਨਕੋ ਥੋੜ੍ਹੀ ਮੋਟੀਵੇਸ਼ਨ ਮਿਲੇ ਵੀ ਇਸਮੇਂ ਕੋਈ ਇਤਨੀ ਬੜੀ ਬਾਤ ਨਹੀਂ ਹੈ। ਅਗਰ ਹਮ ਆਪਣੀ ਸਪਿਰਿਟਸ ਹਾਈ ਰੱਖੇ, ਆਪਣੇ ਆਪ ਕੋ ਤਗੜਾ ਰੱਖੇ, ਆਪਣੇ ਆਪ ਕੋ ਅੱਛਾ ਫੀਲ ਕਰੇ, ਤੋ ਹਮ ਇਸ ਪੇ ਜ਼ਰੂਰ ਜੀਤੇਂਗੇ ਕਰੋਨਾ ਸੇ। ਸੋ ਯਹੀ ਮੇਰਾ ਮੋਟਿਵ ਥਾ, ਯਹੀ ਸੋਚ ਕੇ ਮੈਨੇ ਵੀਡੀਓ ਡਾਲੀ ਥੀ ਜੀ ਫੇਸਬੁੱਕ ਪਰ। ਮੁਝੇ ਵੀ ਅੰਦਾਜ਼ਾ ਨਹੀਂ ਥਾ ਕਿ ਇਤਨੀ ਜਲਦੀ ਇਤਨੀ ਵਾਇਰਲ ਹੋ ਜਾਏਗੀ। ਤੋ ਬਸ ਯਹੀ ਹੈ। ਕਰੋਨਾ ਵਾਰਡ 'ਚ ਭੰਗੜਾ ਪਾ ਕੇ ਇਸ ਇਨਸਾਨ ਨੇ ਆਪਣੀ ਜ਼ਿੰਦਾ ਦਿਲੀ ਤੇ ਸਭ ਨੂੰ ਹੌਸਲਾ ਅਫਜ਼ਾਈ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਜਲੰਧਰ ਦੇ ਇਸੇ ਵਾਰਡ ਵਿੱਚ ਕੁਝ ਮਰੀਜ਼ਾਂ ਨੇ ਪੰਜਾਬੀ ਗਾਣੇ ਤੇ ਡਾਂਸ ਵੀ ਕੀਤਾ ਸੀ। ਜਲੰਧਰ ਤੋਂ ਮਨਵੀਰ ਸੱਬਰਵਾਲ ਦੀ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।